ਜਿਹੜਾ ਮੇਥੋਂ ਪਹਿਲਾਂ ਜਿਹੜੇ ਐਮਐਲਏ ਸੀ ਉਹਨਾਂ ਦਾ ਵੀ ਵਿਰੋਧ ਸੀ, ਉਦੋਂ ਪਹਿਲਾਂ ਸੀ ਉਹਨਾਂ ਦਾ ਵੀ ਵਿਰੋਧ ਸੀ। ਕੋਈ ਯਾਰ ਚਾਹੁੰਦੀ ਤੁਸੀਂ ਜਿਹੜੀਆਂ ਗੱਲਾਂ ਆਪਣੇ ਵਾਲੇ ਸ਼ਬਦ ਮੇਰੇ ਮੂੰਹ 'ਚ ਨਾ ਪਾਓ, ਠੀਕ ਹੈ ਨਾ। ਪਹਿਲੀ ਗੱਲ ਤਾਂ ਟਿਕਟ ਮਿਲੂਗੀ 100% ਮਿਲੂਗੀ, ਅਤੇ ਕੋਈ ਗੱਲ ਨਹੀਂ ਜੇ ਕੋਈ ਹੋਰ ਡਿਊਟੀ ਨੂੰ ਤਾਂ ਹੋਰ ਸਭ ਕੋਈ ਦਿੱਕਤ ਵਾਲੀ ਗੱਲ। ਅੱਜ ਦਾ ਪ੍ਰੋਗਰਾਮ ਕੁਝ ਨਹੀਂ, ਯੂਥ ਨੇ ਬੁਲਾਇਆ ਸੀਗਾ ਜੀ, ਯੂਥ ਦਾ ਦੀਪ ਹੋਣਾ, ਐਨ ਐਸ ਯੂ ਆਈ ਦੇ ਮੁੰਡੇ ਨੇ ਸਾਰੇ, ਉਹ ਵਧੀਆ ਮਿੱਤਰ ਨੇ, ਯੰਗ ਦੋਸਤ ਨੇ ਮੇਰੇ ਉੱਦਾਂ ਵੀ। ਸੋ ਐਜ਼ ਅ ਯੂਥ ਦਾ ਇੱਕ ਅਸੀਂ ਪ੍ਰੋਗਰਾਮ ਰੱਖਿਆ ਸੀਗਾ, ਉਹ ਕਹਿੰਦੇ ਵੈਲਕਮ ਕਰਦਾ ਤਾਂ ਮੈਂ ਕਿਹਾ ਜੀ ਆਇਆਂ ਕੋਈ ਇਸ਼ੂ। ਭਾਈ ਜੀ ਸਿੰਗਲ ਸਿੰਗਿੰਗ ਤੋਂ ਰਾਜਨੀਤੀ ਦਾ ਸਫ਼ਰ ਕਿਵੇਂ ਰਹਿ ਰਿਹਾ, ਕੀ ਕਿਵੇਂ ਜਿਹਾ ਐਕਸਪੀਰੀਅੰਸ? ਇੱਕੋ ਜਿਹਾ ਹੀ ਹੈ ਬਾਈ, ਸਟਰਗਲ ਹੀ ਹਰੇਕ ਫੀਲਡ ਮਿਹਨਤ ਮੰਗਦੀ ਹੈ। ਸੋ ਮਿਹਨਤ ਕਰ ਰਹੇ ਹਾਂ ਜੀ, ਅਤੇ ਵਧੀਆ ਪਰਮਾਤਮਾ ਨੇ ਲੋਕਾਂ ਦਾ ਬਹੁਤ ਵਧੀਆ ਰਿਸਪੋਂਸ ਆ ਰਿਹਾ। ਸੋ ਕੋਈ ਵੀ ਫੀਲਡ ਹੈ, ਕੋਈ ਵੀ ਖੇਤਰ ਹੈ, ਉਹ ਮਿਹਨਤ ਮੰਗਦੀ ਹੈ, ਮਿਹਨਤ ਕਰ ਰਹੇ। ਵਿਰੋਧ ਯਾਰ ਪਤਾ ਕੀ ਗੱਲ ਹੈ, ਕਿਸੇ ਵੀ ਖੇਤਰ ਉਹ ਇਕੱਲਾ ਮੇਰਾ ਵਿਰੋਧ ਥੋੜ੍ਹੀ ਹੈ, ਮੇਰੀ ਥਾਂ 'ਤੇ ਕੋਈ ਹੋਰ ਹੁੰਦਾ ਉਹਦਾ ਹੀ ਵਿਰੋਧ ਹੋਣਾ ਸੀ। ਸੋ ਇਹ ਚੀਜ਼ਾਂ, ਇਹੀ ਚੀਜ਼ ਤਾਂ ਖਤਮ ਕਰਨ ਅਸੀਂ ਆਏ ਹਾਂ। ਸੋ ਕਈ ਵਾਰੀ ਮਨੋ ਵਖਰੇਵੇਂ ਹੁੰਦੇ ਨੇ, ਕੁਛ ਨਾ ਕੁਛ ਹੁੰਦਾ, ਅਤੇ ਜ਼ਰੂਰੀ ਨਹੀਂ ਹੁੰਦਾ ਵੀ ਸਾਰੀ ਦੁਨੀਆ ਤੁਹਾਡਾ ਸਾਥ ਹੀ ਦੇਵੇ, ਪਰ ਉਹ ਪਾਰਟੀ ਦਾ ਵਿਰੋਧ ਨਹੀਂ, ਨਾ ਲੋਕਾਂ ਦਾ ਵਿਰੋਧ ਆ। ਕੁਛ ਕੁ ਚੰਦ ਕਾਗੂ ਹੁੰਦੇ ਨੇ, ਥੋੜ੍ਹਾ ਬਹੁਤ ਉਹਨਾਂ ਨੂੰ ਸੋਚ ਪ੍ਰਤੀ ਵਖਰੇਵਾਂ ਹੁੰਦਾ। ਸੋ ਉਹਦੇ 'ਚ ਕੋਈ ਨਵੀਂ ਗੱਲ ਨਹੀਂ, ਇਹ ਮੇਰੀ ਤਾਂ ਮੇਥੋਂ ਪਹਿਲਾਂ ਜਿਹੜੇ ਐਮਐਲਏ ਸੀ ਉਹਨਾਂ ਦਾ ਵੀ ਵਿਰੋਧ ਸੀ, ਉਦੋਂ ਪਹਿਲਾਂ ਸੀ ਉਹਨਾਂ ਦਾ ਵੀ ਵਿਰੋਧ ਸੀ। ਸੋ ਇਹ ਰਵਾਇਤੀ ਚੱਲ ਰਿਹਾ, ਇਹ ਕੋਈ ਇਹ ਨਹੀਂ ਵੀ ਮੈਂ ਆਇਆ ਤਾਂ ਵਿਰੋਧ ਹੈ, ਮੇਰੇ ਲੋਕ ਤਾਂ ਮੇਰੇ ਨਾਲ ਨੇ, ਅੱਜ ਵੀ ਮੈਂ ਅੱਜ ਵੀ ਪਿੰਡਾਂ 'ਚ ਜਾ ਰਿਹਾ, ਮੇਰਾ ਕਿਸ ਤਰ੍ਹਾਂ ਕੋਈ ਵਿਰੋਧ ਨਹੀਂ। ਸੋ ਇਹ ਤਾਂ ਰਵਾਇਤੀ ਚੀਜ਼ਾਂ ਨੇ। ਜਿਸ ਦਾ ਟਿਕਟ ਨਹੀਂ ਮਿਲਦੀ ਫਿਰ ਆਜ਼ਾਦ ਚੋਣ ਦੀ? ਨਹੀਂ ਯਾਰ, ਨਹੀਂ ਨਹੀਂ, ਕੋਈ ਯਾਦ ਚਾਹੁੰਦੀ ਤੁਸੀਂ ਜਿਹੜੀਆਂ ਗੱਲਾਂ ਆਪਣੇ ਵਾਲੇ ਸ਼ਬਦ ਮੇਰੇ ਮੂੰਹ 'ਚ ਨਾ ਪਾਓ, ਠੀਕ ਹੈ ਨਾ। ਪਹਿਲੀ ਗੱਲ ਤਾਂ ਟਿਕਟ ਮਿਲੂਗੀ 100% ਮਿਲੂਗੀ, ਅਤੇ ਕੋਈ ਗੱਲ ਨਹੀਂ ਜੇ ਕੋਈ ਹੋਰ ਡਿਊਟੀ ਨੂੰ ਤਾਂ ਹੋਰ ਸਭ ਕੋਈ ਦਿੱਕਤ ਵਾਲੀ ਗੱਲ। ਹੋਰ ਕੋਈ ਸਵਾਲ? ਕੋਈ ਲੋਕਾਂ ਨੂੰ ਸੰਦੇਸ਼? ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਇੱਕ ਇਕਜੁੱਟਤਾ ਅਤੇ ਭਾਈਚਾਰੇ ਦਾ ਹਾਮੀ ਬਣੋ, ਠੀਕ ਹੈ। ਵੋਟਾਂ ਆਉਣੀਆਂ ਜਾਂਦੀਆਂ ਰਹਿਣੀਆਂ ਨੇ, ਅਤੇ ਬੜੇ ਬੰਦੇ ਇੱਥੇ ਦਾਅਵੇਦਾਰ ਨੇ ਚੀਜ਼ਾਂ ਦੇ, ਪਰ ਹਮੇਸ਼ਾ ਪਰਖ ਕੇ ਸੋਚ ਸਮਝ ਕੇ ਕੀ ਤੁਹਾਡਾ ਚੰਗਾ, ਆਪਣੇ ਅਤੇ ਬਗਾਨਿਆਂ ਨੂੰ ਜ਼ਰੂਰ ਪਛਾਣਿਓ। ਮੈਂ ਸਭ ਤੋਂ ਵੱਡਾ ਚੇਂਜ ਮੈਂ ਇਹ ਲਿਆਉਣਾ ਚਾਹੁੰਦਾ ਵੀ ਰਾਜਨੀਤੀ ਦਾ ਪਹਿਲੀ ਗੱਲ ਮੰਤਵ ਪਤਾ ਹੋਣਾ ਚਾਹੀਦਾ। ਰਾਜਨੀਤੀ ਲੋਕਾਂ ਦੇ ਸੁਧਾਰ ਖਾਤਰ ਬਣੀ ਹੈ, ਸਮਾਜ ਦੇ ਸੁਧਾਰ ਖਾਤਰ ਬਣੀ ਹੈ, ਅਤੇ ਰਾਜਨੀਤੀ ਨੂੰ ਅਸੀਂ ਸਵੈ ਦੁਸ਼ਮਣੀਆਂ ਦਾ ਨਿੱਜੀ ਦੁਸ਼ਮਣੀ ਦਾ ਖੇਤਰ ਬਣਾ ਲਿਆ। ਸੋ ਰਾਜਨੀਤੀ ਇਹ ਵੀ ਬਹੁਤ ਵਧੀਆ ਖੇਤਰ ਹੈ ਜੇ ਕਿਸੇ ਨੇ ਚੰਗੇ ਤਰੀਕੇ ਨਾਲ ਸਮਾਜ ਸੇਵਾ ਕਰਨੀ ਹੋਵੇ, ਪਰ ਅੱਜ ਦੀ ਸਾਡੀ ਤਰਾਸਦੀ ਹੈ ਵੀ ਇਹ ਖੇਤਰ ਨੂੰ ਖੁੰਦਕਾਂ ਦਾ ਖੇਤਰ ਬਣਾਇਆ ਜਾ ਰਿਹਾ। ਸੋ ਮੈਂ ਇਹੀ ਕਹਿੰਦਾ ਵੀ ਰਲ ਮਿਲ ਕੇ ਆਪਾਂ ਆਪਸੀ, ਪਹਿਲੀ ਗੱਲ ਆਪਸੀ ਇਕਜੁੱਟਤਾ ਬਣਾਈਏ, ਚਾਹੇ ਉਹ ਕੋਈ ਵੀ ਪਾਰਟੀ ਹੈ, ਆਪਾਂ ਕਰਨਾ ਤਾਂ ਆਖਿਰ ਨੂੰ ਲੋਕਾਂ ਦੀ ਬਿਹਤਰੀ ਵਾਸਤੇ ਹੀ ਹੈ ਕੰਮ। ਸੋ ਇਹੀ ਕਿ ਉਹ ਨਾ ਰਲ ਮਿਲ ਕੇ ਕੀਤਾ ਜਾਵੇ ਜੀ।